ਦੇਖੋ ਜੀ ਅਸੀਂ ਪਾਲੇ ਆਲ ਪਿੰਡ ਦੇ ਵਿੱਚ ਜਿਹੜਾ ਖੜੇ ਆ ਤੇ ਉੱਥੇ ਹਰ ਸਾਲ ਦੋ ਕਣੀਆਂ ਮੀਂਹ ਪੈ ਜਵੇ ਤਾਂ ਲੋਕਾਂ ਦਾ ਆਪਣੇ ਘਰਾਂ ਦੇ ਵਿੱਚ ਵੜਨਾ ਮੁਸ਼ਕਲ ਹੋ ਜਾਂਦਾ। ਜੰਦਾ ਕੋਈ ਚੱਪੜ ਜਿਹੜਾ ਹੈ ਇਹ ਬਹੁਤ ਬੁਰੀ ਤਰ੍ਹਾਂ ਭਰਿਆ ਹੋਇਆ ਔਰ ਸਾਰੀਆਂ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਪਾਣੀ ਆ ਜਾਂਦਾ। ਸਮੱਸਿਆ ਸਾਡੀ ਇਹੀ ਹੈ ਪਾਣੀ ਦੀ ਸਮੱਸਿਆ ਹੈ ਜਦ ਪਾਣੀ ਵਰਦਾ ਹੈ ਤਾਂ ਸਾਡੀਆਂ ਗੜੀਆਂ ਭਰ ਜਾਂਦੀਆਂ ਟੋਬਾ ਉੱਚੜ ਕੇ ਬਾਹਰ ਨਾ ਆਂਦਾ ਹੈ ਰੋੜੀ ਸਾਫ ਆ ਕੇ ਦੇਖਣਾ ਸੀ ਦੇਖੋ ਜੀ ਅਸੀਂ ਪਾਲੇ ਆਲ ਪਿੰਡ ਦੇ ਵਿੱਚ ਜਿਹੜਾ ਖੜੇ ਆ ਤੇ ਉੱਥੇ ਹਰ ਸਾਲ ਦੋ ਗੜੀਆਂ ਮੀ ਪੈ ਜਵੇ ਤਾਂ ਲੋਕਾਂ ਦਾ ਆਪਣੇ ਘਰਾਂ ਦੇ ਵਿੱਚ ਵੜਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਛੱਪੜ ਜਿਹੜਾ ਹੈ ਇਹ ਬਹੁਤ ਬੁਰੀ ਤਰ੍ਹਾਂ ਭਰਿਆ ਹੋਇਆ ਔਰ ਸਾਰੀਆਂ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਪਾਣੀ ਆ ਜਾਂਦਾ ਔਰ ਜੋ ਮੈਂ ਕਹਿਣਾ ਚਾਹਨੀ ਹੈ ਕਿ ਮੈਂ ਪਿਛਲੀ ਸਰਕਾਰ ਦੇ ਦੌਰਾਨ ਇਹ ਬਕਾਇਦਾ ਸੀਚਿਆਲ ਮਾਡਲ ਚ ਅਸੀਂ ਪਾਸ ਕਰਾਇਆ ਸੀਗਾ ਇਹ ਵੀ ਅਸੀਂ ਬਿਉਂਤ ਬਣਾਈ ਸੀਗੀ ਵੀ ਜਿਹੜਾ ਇਹ ਪਾਣੀ ਹੈ ਇਹ ਇੱਕ ਪਾਈਪ ਲਾਈਨ ਆ ਪਾ ਕੇ ਸ਼ਹਿਰ ਤੋਂ ਬਾਹਰ ਸ਼ਹਿਰ ਦੇ ਨਾਲ ਕਨੈਕਟ ਕਰਕੇ ਤੇ ਕੱਢਣਾ ਹੈ ਪਰ ਜਦੋਂ ਸਰਕਾਰ ਆਈ ਤਾਂ ਰੋੜੀ ਸਾਹਿਬ ਭੱਜੇ ਆਏ ਇਸ ਪਿੰਡ ਨੂੰ ਅਫਸਰ ਵੀ ਲੈ ਆਉਂਦੇ ਨਾਲ ਮਸ਼ੀਨਾ ਵੀ ਲੈ ਆਂਦੀਆਂ ਐਲਾਨ ਕਰ ਦਿੱਤਾ ਕਿ ਮੈਂ ਇਹ ਦਿਨਾਂ ਦੇ ਵਿੱਚ ਛੱਪੜ ਦਾ ਕੰਮ ਕਰਾ ਦੇਵਾਂਗਾ ਔਰ ਤਿੰਨ ਦਿਨ ਬਾਅਦ ਮਸ਼ੀਨਾ ਜੜੀਆਂ ਚੱਲੀਆਂ ਗਈਆਂ ਇਤੋਂ ਔਰ ਅੱਜ 1.5 ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੀ ਨੂੰ ਔਰ ਡਿਪਟੀ ਸਪੀਕਰ ਬਣੇ ਹੋਏ ਆ 3 ਕਰੋੜ ਰੁਪਇਆ ਇਹਨਾਂ ਕੋਲ ਆਪਣਾ ਅਖਤਿਆਰੀ ਕੋਟਾ ਵੀ ਹੁੰਦਾ ਜਿਹਦੇ ਵਿੱਚੋਂ ਇਹ ਪੈਸਾ ਪਿੰਡ ਨੂੰ ਦੇ ਸਕਦੇ ਸੀ ਇਹਨਾਂ ਕੋਲ ਕੋਈ ਆਨਾ ਬਹਾਨਾ ਹੁਣ ਹੈ ਨਹੀਂ ਇਸ ਕੰਮ ਲਈ ਔਰ ਹੱਲੇ ਤੱਕੇ ਕੰਮ ਪੈਂਡਿੰਗ ਪਿਆ ਲੋਕ ਦੁਖੀ ਹੈ ਲੋਕ ਪਰੇਸ਼ਾਨ ਹੈ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ 3 ਕਰੋੜ ਰੁਪਇਆ ਸਰਕਾਰੀ ਖਜ਼ਾਨਾ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਇਹਨਾਂ ਕੋਲ ਆਲਰੇਡੀ ਪਿਆ ਇਹ ਕਿਉਂ ਲੋਕਾਂ ਦੇ ਉੱਤੇ ਨਹੀਂ ਲਗਾ ਰਹੇ ਜਦੋਂ ਗੜ ਸ਼ੰਕਰੀਆਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਗੜ ਸ਼ੰਕਰ ਦਾ ਤੁਸੀਂ ਜਿਹੜਾ ਕਲਿਆਣ ਵਾਸਤੇ ਪੈਸਾ ਕਿਉਂ ਨਹੀਂ ਲਗਾ ਰਹੇ ਤੁਸੀਂ ਉਲਟਾ ਪੈਸਾ ਜਿਹੜਾ ਦੇ ਰਹੇ ਆ ਉਹਨਾਂ ਘਰਾਂ ਨੂੰ ਜਿਹੜੇ ਡਬਲ ਸਟੋਰੀ ਬਿਲਡਿੰਗਾਂ ਬਣੀਆਂ ਹੋਈਆਂ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਲੱਖ ਲੱਖ 50 50 ਹਜ਼ਾਰ ਰੁਪਿਆ ਦੇ ਰਹੇ ਆ ਆ ਲੋਕਾਂ ਦਾ ਜਿਹੜਾ ਸੁਧਾਰ ਕਰਨ ਦੀ ਲੋੜ ਹੈ ਅੱਜ ਲੋਕੀ ਜਿਹੜੇ ਐ ਉਹਨਾਂ ਨੇ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਆ ਜਿਹੜੇ ਬੂਟ ਖਰੀਦੇ ਹੋਏ ਆ ਅੱਜ ਉਹ ਲੇਡੀਜ਼ ਸਾਡੀਆਂ ਜਿਹੜੀਆਂ ਲੈ ਕੇ ਔਰ ਬੰਦੇ ਲੈਣ ਨੂੰ ਮਜਬੂਰ ਹੈ ਵੀ ਜਿਹੜਾ ਘਰਾਂ ਦੇ ਵਿੱਚੋਂ ਜੇ ਦੋ ਕਿਣੀਆਂ ਪਾਣੀ ਪੈ ਜਵੇ ਔਰ ਵੈਸੇ ਵੀ ਮੈਂ ਦੇਖਿਆ ਹੈ ਗਲੀਆਂ ਜੜੀਆਂ ਇਹਨਾਂ ਦੇ ਵਿੱਚ ਪਾਣੀ ਪਰਮਾਨੈਂਟ ਖੜਾ ਹੀ ਰਹਿੰਦਾ ਔਰ ਪਾਲੇ ਵਾਲ ਦਾ ਚੱਪੜ ਜਿਹੜਾ ਇੱਥੇ ਰੌੜੀ ਆ ਕੇ ਕਹਿੰਦਾ ਸੀਗਾ ਕਿ ਮੈਂ ਬੀਜੇਪੀ ਭਜਾ ਦਿੱਤੀ ਹੈ ਬੀਜੇਪੀ ਦੜਾ ਦਿੱਤੀ ਹੈ ਉਹ ਭਰਾਵਾ ਤੂੰ ਬੀਜੇਪੀ ਨੂੰ ਬੀਜੇਪੀ ਨੂੰ ਬਾਅਦ ਚ ਦੜਾਈ ਬੀਜੇਪੀ ਨੂੰ ਨਾ ਦੜਾ ਕੇਂਦਰ ਤੋਂ ਜਿਹੜਾ ਪੈਸਾ ਭੇਜਦੀ ਉਹ ਬੀਜੇਪੀ ਭੇਜਦੀ ਹੈ ਤੂੰ ਸਿੱਧਾ ਨਿਮਿਸ਼ਾ ਮਹਿਤਾ ਦਾ ਨਾਮ ਲਿਆ ਕਰ ਉਹਨੇ ਭਜਣ ਵਾਲੀ ਤੈਨੂੰ ਭਜਾਉਗੀ ਪਰ ਨਾਲ ਮੈਂ ਤੈਨੂੰ ਇਹ ਕਹਿਣਾ ਚਾਹਨੀ ਹੈ ਮੇਰਾ ਤੇਨਾਂ ਕੋਈ ਜਿੱਦ ਨਹੀਂ ਕੋਈ ਮੇਰਾ ਦੁਸ਼ਮਣੀ ਨਹੀਂ ਵੀਰਾ ਤੂੰ ਛੋਟਾ ਭਰਾ ਹੈ ਤਗੜਾ ਹੋ ਕੇ ਲੋਕਾਂ ਦੇ ਵਿਕਾਸ ਦੇ ਉੱਤੇ ਕੰਮ ਕਰ ਨਾ ਕਿ ਜਿਹੜਾ ਤੂੰ ਸੱਤਾ ਦੇ ਵਿਚ ਆ ਕੇ ਕੰਮ ਭੁੱਲੀ ਜਾ ਰਿਹਾ ਅਸੀਂ ਤਾਂ ਇੱਕ ਵਿਰੋਧੀ ਧਿਰ ਹੋਣ ਦੇ ਨਾਤੇ ਆਪਣਾ ਰੋਲ ਅਦਾ ਕਰਨਾ ਤੈਨੂੰ ਸੁਚੇਤ ਕਰਨਾ ਪਗ-ਪਗ ਤੇ ਹਰ ਕਦਮ ਦੇ ਉੱਤੇ ਤੈਨੂੰ ਸੁਚੇਤ ਕਰਨਾ ਗਲਤੀਆਂ ਖਾਏਗਾ ਤਾਂ ਅਸੀਂ ਤੈਨੂੰ ਠੋਕ ਕੇ ਪੁਆਇੰਟ ਆਊਟ ਕਰਾਂਗੇ ਔਰ ਜੇ ਤੈਨੂੰ ਫੇਕੜੀਸਣਾ ਵੀ ਪੈਕੜੀ ਸੰਗੇ ਵੀ ਇਹ ਆ ਦੋ ਦਿਨ ਪਹਿਲੇ ਇਹ ਗੱਲਾਂ ਚਮਕਾਉਂਦੇ ਸੀ ਕਿ ਅਸੀਂ ਨਹਿਰਾਂ ਸਾਰੀਆਂ ਚਲਾਤੀਆਂ ਦੁਰਸਤ ਕਰਤੀਆਂ ਰੱਬ ਨੇੜੇ ਹੀ ਹੁੰਦਾ ਇਹ ਪਰਦੇ ਜਿਹੜੇ ਇਹਨਾਂ ਦੇ ਖੁੱਲ ਗਏ ਫਿਰ ਮੈਂ ਵੀ ਕਹਿਣਾ ਚਾਹਨੀ ਆ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਨਹਿਰਾਂ ਦਾ ਇਹਨਾਂ ਨੇ ਆਪ ਬੁਰਾ ਹਾਲ ਕੀਤਾ ਹੋਇਆ ਬੰਨਾਂ ਦਾ ਔਰ ਤੋ ਸਰਕਾਰ ਦੀ ਕਾਰਗੁਜ਼ਾਰੀ ਆ ਜੋ ਬੰਨ ਟੁੱਟਣ ਦੇ ਨਾਲ ਉਹ ਸਾਹਮਣੇ ਆ ਗਈ ਹੈ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਕਿਹੋ ਜਿਹੀ ਹੈਗੀ ਆ ਸੋ ਅੱਜ ਜਿਹੜਾ ਬੰਦਾ ਉੱਤੇ ਨੂੰ ਥੁੱਕਦਾ ਉਹ ਆ ਕੇ ਮੂੰਹ ਤੇ ਪੈਂਦਾ ਜਿਹੜਾ ਇਹਨਾਂ ਨੇ ਉੱਤੇ ਨੂੰ ਥੁੱਕਿਆ ਗੱਪਾਂ ਛੱਡੀਆਂ ਆ ਦੇਖੋ ਅੱਜ ਯੂਨੀਅਨ ਨੇ ਵੀ ਕਿਸਾਨੀ ਯੂਨੀਅਨ ਨੇ ਵੀ ਕਿਹਾ ਪਟੇਲਾਂ ਤੱਕ ਪਾਣੀ ਨਹੀਂ ਪਹੁੰਚਿਆ ਔਰ ਇਹਨਾਂ ਨੇ ਕਿਹਾ ਅਸੀਂ ਨਹਿਰਾਂ ਸਾਰੀਆਂ ਮਜ਼ਬੂਤ ਕਰਤੀਆਂ ਅਸੀਂ ਬੰਨ ਲਾਤੇ ਫੁਲਾਨਾ ਕਰਤੇ ਟਮਾਕਾ ਕਰਤੇ ਅੱਜ ਸਾਡੇ ਹਲਕੇ 'ਚ ਬੰਨ ਟੁੱਟ ਗਿਆ ਲੋਕਾਂ ਦੇ ਸਾਹਮਣੇ ਉਹਨਾਂ ਦੀ ਸਮੱਸਿਆ ਸਾਨੂੰ ਇਹੀ ਹੈ ਜੀ ਦੇਖੋ ਆ ਪਾਣੀ ਹੈ ਅਸੀਂ ਕਿਸ ਤਰ੍ਹਾਂ ਬਾਹਰ ਨਿਕਲਣਾ ਕਿਸ ਤਰ੍ਹਾਂ ਬੱਚਿਆਂ ਨੂੰ ਸਕੂਲ ਭੇਜਣਾ ਜਦੋਂ ਜਿੱਤੇ ਤੇ ਉਦੋਂ 2-4 ਵਾਰੀ ਆਏ ਗਾਲਚਲਾ ਲਾ ਲੱਕ ਐਦਾਂ ਦੱਸੋ ਮਾਦਾ ਇਹ ਹਾਲ ਅਸੀਂ ਜ਼ਰੂਰ ਕਰਾਂਗੇ ਮੁੜ ਕੇ ਇੱਥੇ ਕਿਸੇ ਨਾਲ ਨਾ ਕੀਤਾ ਕੋ ਲੈਣਾ ਨਾ ਦੇਣਾ ਨਾ ਦੁਨੀਆ ਜਾ ਜਾ ਕੇ ਥੱਕ ਗਈ ਜਿਹੜੇ ਤੋਬੇ ਦੇ ਮੋਗੇ ਖੋਲ ਰੱਖੇ ਵੇ ਉਹ ਵੀ ਨਾ ਖੋਲਣ ਦਿੰਦੇ ਉਹ ਪਿੰਡ ਦੇ ਕਹਿੰਦੇ ਤੁਸੀਂ ਥੈ ਛੱਡੀ ਬਿੱਥੇ ਤੁਸੀਂ ਜਗ੍ਹਾ ਦਿੱਤੀ ਵੀ ਉਹ ਸਾਨੂੰ ਉਦਾਂ ਨਹੀਂ ਬੋਲਣ ਦਿੰਦੇ ਸਾਡਾ ਤਾਂ ਹਾਰ ਟਾਈਮ ਨਿਕਲਣਾ ਮੁਸ਼ਕਲ ਹੈ ਕੋਈ ਬਿਮਾਰ ਹੋ ਜਾਵੇ ਠਮਾਰ ਹੋ ਜਾਵੇ ਕਿੱਥੇ ਜਾਣਾ ਸੀ ਕੋਈ ਸੁਣਦਾ ਹੀ ਨਹੀਂ ਇੱਥੇ ਬਾਰ ਨਿਕਲੋ ਤੁਸੀਂ ਲੋਕੀ ਦਾੜ ਦੇ ਸਾਡੇ ਨਾਲ ਕਹਿੰਦੇ ਤੁਸੀਂ ਥੇ ਛੱਡੀ ਵੀ ਤੁਸੀਂ ਕਿਆ ਕੀਤਾ ਵਾ ਉਹ ਮੋਗਗੇ ਨਹੀਂ ਖੋਲਣ ਦਿੰਦੇ ਤੇ ਬਾਕੀ ਤਾਂ ਕੋਈ ਸੁਣਦਾ ਹੀ ਨਹੀਂ ਹੈ ਰੋੜੀ ਦੋ ਰੋਟਾ ਵੇਲੇ ਜਾਂਦੇ ਕੋਈ ਨਹੀਂ ਆਉਂਦਾ ਦੋ ਚਾਰ ਵਾਰੀ ਆਏ ਉਹਨਾਂ ਨੇ ਉਹ ਪਹਿਲੇ ਤਾਂ ਵਿਸ਼ਵਾਸ ਦਿਖਾਇਆ ਐਦਾਂ ਮਾਮਾ ਨੂੰ ਨਾਲ ਲੈ ਕੇ ਮਾ ਜੀ ਇਹ ਹਾਲ ਅਸੀਂ ਜ਼ਰੂਰ ਕਰਾਂਗੇ ਮੁੜ ਕੇ ਇੱਥੇ ਕੋਈ ਰੋੜੀ ਨਾ ਰੂੜੀ ਇੱਥੇ ਲੋਕੀ ਜਾ ਜਾ ਕੇ ਵੀ ਥੱਕ ਕੇ ਪੰਜ ਸੱਤ ਵਾਰੀ ਗਏ ਕਿੰਨੀ ਕਵਾਰੀ ਜਾਣਾ ਕਿੰਨੀ ਕਵਾਰ ਗਏ ਤੁਸੀਂ ਮੇਰਾ ਨਾਮ ਹੈਗਾ ਨਿਰਛਲਾ ਦੇਵੀ ਸਮੱਸਿਆ ਸਾਡੀ ਇਹੀ ਹੈ ਪਾਣੀ ਦੀ ਸਮੱਸਿਆ ਹੈ ਜਦ ਪਾਣੀ ਵੱਧਦਾ ਹੈ ਤਾਂ ਸਾਡੀਆਂ ਗਲੀਆਂ ਭਰ ਜਾਂਦੀਆਂ ਟੱਬਾ ਉੱਛਲ ਕੇ ਬਾਹਰ ਨਿਕਲਦਾ ਹੈ ਰੋੜੀ ਸਾਫ ਆ ਕੇ ਦੇਖਦਾ ਸੀ ਕੋਈ ਹੱਲ ਨਹੀਂ ਆਇਆ ਆ ਕੇ ਮੁੜ ਕੇ ਦੇਖਿਆ ਵੀ ਹੈ ਨੀ ਕਿਸੇ ਹਾਲ ਤੇ ਪਿੰਡ